ਮੇਰਾ ਨਾਮ ਸਿੰਘ ਹੈ, ਮੇਰੀ ਉਮਰ 25 ਸਾਲ ਹੈ, ਮੈਂ ਪੰਜਾਬ ਇੰਡੀਆ ਤੋਂ ਹਾਂ। ਮੈਂ ਇੰਡੀਆ ਤੋਂ ਪੁਰਤਗਾਲ ਦਾ ਮੇਰਾ ਸਫ਼ਰ ਜੋ ਕਿ ਬਹੁਤ ਵੱਡੀ ਕਹਾਣੀ ਆ। ਮੈਂ 2021 ਚ ਘਰੋਂ ਨਿਕਲਿਆ, ਮੈਂ ਹੁਣ ਪੁਰਤਗਾਲ ਪਹੁੰਚਿਆ ਥੋੜਾ ਟਾਈਮ ਪਹਿਲਾਂ। ਬਾਹਰ ਕਿਉਂ ਆਏ, ਕਿ ਬਾਹਰ ਜਾਣੇ ਦਾ ਸੁਪਨਾ ਤਾਂ ਕਿ ਸੁਪਨਾ ਕੁਝ ਔਰ ਥਾ? ਨਹੀਂ, ਸੁਪਨਾ ਮੇਰਾ ਆਰਮੀ ਚ ਜਾਣ ਦਾ ਸੀ, ਇੰਡੀਅਨ ਆਰਮੀ ਦੇ ਵਿੱਚ। ਮੈਂ 2 ਸਾਲ ਤਿਆਰੀ ਕੀਤੀ, ਮੇਰੀ ਨਹੀਂ ਗੱਲ ਬਣੀ, ਮੈਂ ਰਿਜੈਕਟ ਹੋ ਗਿਆ ਕੁਝ ਕਾਰਨਾਂ ਕਰਕੇ। ਫਿਰ ਮੇਰੇ ਪਿੰਡੋਂ ਕੁਝ ਮੁੰਡੇ ਬਾਹਰ ਗਏ ਸੀ, ਉਹਨਾਂ ਨਾਲ ਦੇਖ ਕੇ ਮੈਨੂੰ ਲੱਗਾ ਵੀ ਮੈਨੂੰ ਵੀ ਜਾਣਾ ਚਾਹੀਦਾ, ਕਿਉਂਕਿ ਪੰਜਾਬ ਰਹਿ ਕੇ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦਾ। ਕਿਉਂਕਿ ਫਾਦਰ ਸਾਹਿਬ ਜਿੱਥੇ ਜੋਬ ਕਰਦੇ ਉਹਨਾਂ ਦੀ ਇੰਨੀ ਨਹੀਂ ਤਨਖਾਹ ਵੀ ਉਹ ਸਾਰਾ ਕੁਝ ਅਫੋਰਡ ਕਰ ਸਕਣ, ਵੀ ਘਰ ਬਣਾ ਲੈਣ, ਸਿਸਟਰ ਦਾ ਵਿਆਹ ਕਰ ਦੇਣ। ਇਸ ਕਰਕੇ ਮੈਂ ਸੋਚਿਆ ਵੀ ਸਾਰੀਆਂ ਜ਼ਿੰਮੇਵਾਰੀਆਂ ਮੇਰੀਆਂ ਅਤੇ ਇੰਡੀਆ ਰਹਿ ਕੇ ਮੈਂ ਨਹੀਂ ਪੂਰੀਆਂ ਕਰ ਸਕਦਾ। ਇਸ ਲਈ ਫਿਰ ਅਸੀਂ 1 ਏਕੜ ਜਿਹੜੀ ਜ਼ਮੀਨ ਸੀ ਸਾਡੀ, ਉਹ ਅਸੀਂ ਵੇਚਤੀ ਵੀ ਬਾਹਰ ਜਾਣਾ। ਏਜੰਟ ਦੇ ਨਾਲ ਜੋ ਵੀ ਸਾਡੀ ਗੱਲ ਹੋਈ, ਸਾਡੀ ਸਾਰੀ ਜਿੱਦਣ ਵੀ ਗੱਲ ਹੋਈ, ਉਹਨੇ ਕਿਹਾ ਵੀ ਮੈਂ 12 ਲੱਖ ਰੁਪਇਆ ਲਊਂਗਾ, ਮੈਂ ਲੀਗਲੀ ਤੁਹਾਨੂੰ ਘੱਲੂੰਗਾ 1 ਨੰਬਰ ਦੇ ਵਿੱਚ। ਅਤੇ ਅਸੀਂ ਕਿਹਾ ਵੀ ਠੀਕ ਆ, ਵੀ ਅਸੀਂ ਪੈਸੇ ਪੂਰੇ ਦੇਵਾਂਗੇ ਪਰ ਜਾਣਾ 1 ਨੰਬਰ 'ਚ ਆ ਲੀਗਲੀ। ਕਹਾਂ ਜਾਣੇ ਕੀ ਬਾਤ ਹੋਈ? ਪੁਰਤਗਾਲ ਕੀ? ਤੋ ਪੋਰਟੁਗਲ ਹੀ ਕਿਉਂ? ਪੁਰਤਗਾਲ ਕਿਉਂਕਿ ਯਹਾਂ ਇੱਕ ਡਾਕੂਮੈਂਟਸ ਬਣ ਜਾਤੇ ਹੈਂ, ਆਦਮੀ ਪੱਕਾ ਹੋ ਜਾਤਾ ਹੈ, ਫਿਰ ਆਪਣੀ ਫੈਮਿਲੀ ਬੁਲਾ ਸਕਦਾ ਹੈ, ਆਪਣੀ ਵਾਈਫ ਬੁਲਾ ਸਕਦਾ ਹੈ। ਜਤਿੰਦਰ ਏਜੰਟ ਕੋਈ ਵੀ ਆਪਣਾ ਓਰਿਜਿਨਲ ਨੇਮ ਨਹੀਂ ਬਤਾਤਾ, ਉਸਕਾ ਇੱਕ ਫੇਕ ਨਾਮ ਹੋਗਾ, ਵੋ ਆਪ ਸੀਧਾ ਆਗੇ ਨਹੀਂ ਆਏਗਾ, ਉਸਕਾ ਆਦਮੀ ਆਏਗਾ। ਕਭੀ ਆਮਨੇ ਸਾਮਨੇ ਮਿਲੇ ਤੁਮ ਉਸਸੇ? ਨਹੀਂ, ਉਸਕਾ ਆਦਮੀ ਸਾਰਾ ਆਗੇ ਜੋ ਕਾਮ ਕਰਤਾ ਹੈ ਵਹੀ ਮਿਲੇਗਾ, ਮੇਨ ਆਦਮੀ ਨਹੀਂ ਮਿਲੇਗਾ। ਔਰ ਪੈਸੇ ਕੈਸੇ ਦੀਏ? ਵੈਸੇ ਏਜੰਟ ਕੋਈ ਵੀ ਆ ਪੈਸੇ ਕੈਸ਼ ਹੀ ਲੈਂਦਾ, ਨਾ ਕੋਈ ਅਕਾਊਂਟ 'ਚ ਪਾਉਂਦਾ, ਕੋਈ ਲੀਗਲੀ ਸਟੇਟਮੈਂਟ ਨਹੀਂ ਹੁੰਦੀ ਉਸ ਚੀਜ਼ ਦੀ। ਅਸੀਂ ਉਹਨੂੰ ਕਿਹਾ ਵੀ ਤੂੰ ਸਾਨੂੰ ਲੀਗਲੀ ਗੱਲਾਂ ਦਿਆ ਤੇ ਅਸੀਂ ਤੈਨੂੰ ਲੀਗਲੀ ਪੈਸੇ ਦਿੰਦੇ। ਕਹਿੰਦਾ ਵੀ ਉਹ ਮੇਰੀ ਪ੍ਰੋਬਲਮ ਹੈ, ਤੁਹਾਡੀ ਨਹੀਂ ਆ, ਵੀ ਤੁਸੀਂ ਜਿੱਦਾਂ ਮੈਂ ਕਹੋ ਪੈਸੇ ਮੈਂ ਉੱਦਾਂ ਲੈਣੇ ਆ। ਮੈਂ ਐਸੇ ਪੈਸੇ ਦੀਏ, 4 ਲੱਖ ਪੈਟਰੋਲ ਪੰਪ ਪਰ ਦੇ ਕੇ ਆਏ, 1 ਲੱਖ ਹਮ ਦੇ ਕੇ ਆਏ ਕਿਸੀ ਸ਼ੋਪ ਪੇ। ਪੈਸੋਂ ਕਾ ਲੈਣ ਦੇਣ ਸਾਰਾ ਬਾਹਰੇ ਬਾਹਰ ਐਸੇ ਹੁੰਦਾ ਹੈ। ਅਤੇ ਏਜੰਟ ਸਿਆਲ ਦੇ ਵਿੱਚ ਗੇਮ ਜਿਹੜੇ ਡੌਂਕਰ ਆਉਗੇ ਨਹੀਂ ਕੱਢਦੇ, ਠੰਡ ਜ਼ਿਆਦਾ ਹੋਣ ਕਰਕੇ, ਪਰ ਸਾਡੇ ਇੰਡੀਆ ਵਾਲੇ ਏਜੰਟ ਇਹ ਗੱਲ ਨਹੀਂ ਦੱਸਦੇ ਵੀ ਠੰਡ ਆ, ਖਤਰਾ ਆ, ਉਹ ਕਹਿੰਦੇ ਵੀ ਬਸ ਚਲੇ ਜਾਓ। ਜੈਸੇ ਹਮ ਦਿੱਲੀ ਪਹੁੰਚੇ, ਏਜੰਟ ਨੇ ਹਮਾਰੇ ਪਾਸ ਸਰਬੀਆ ਕੀ ਹੋਟਲ ਬੁਕਿੰਗ ਥੀ, ਟਿਕਟ ਥੀ। ਏਜੰਟ ਨੇ ਬੋਲਾ ਵੀ ਵਹਾਂ ਮੇਰੀ ਸੈਟਿੰਗ ਹੈ, ਆਪਕੋ ਕੋਈ ਨਹੀਂ ਰੋਕੇਗਾ, ਆਪ ਸਰਬੀਆ ਜਾਓਗੇ। ਤੋ ਹਮੇ ਤੋ ਮਾਲੂਮ ਨਹੀਂ ਥਾ ਵੀ ਸਰਬੀਆ ਨਹੀਂ ਅਭੀ ਐਂਟਰੀ ਨਹੀਂ ਦੇ ਰਿਹਾ ਕਰੋਨਾ ਕੀ ਵਜ੍ਹਾ ਸੇ। ਹਮ ਏਅਰਪੋਰਟ ਪਰ ਗਏ ਵਹਾਂ, ਹਮੇ ਉਹਨਾਂ ਨੇ ਹਮੇ ਫਲਾਈ ਨਹੀਂ ਕਰਨੇ ਦੀਆ। ਹਮਨੇ ਏਜੰਟ ਸੇ ਕਾਲ ਕੀ ਵੀ ਆਪ ਤੋਂ ਬੋਲ ਰਹੇ ਥੇ ਮੇਰੀ ਸੈਟਿੰਗ ਹੈ, ਤੂੰ ਕਿੱਧਰ ਹੈ? ਉਸਨੇ ਬੋਲਾ ਕੋਈ ਬਾਤ ਨਹੀਂ, ਆਪ ਹੋਟਲ ਆ ਜਾਓ, ਮੈਂ ਔਰ ਕੰਟਰੀ ਕੇ ਲਈ ਫਲਾਈ ਕਰਤੇ ਹੈ ਪਹਿਲੇ। ਫਿਰ ਉਸਨੇ ਹਮੇ ਟੂਰਿਸਟ ਵੀਜ਼ਾ ਦੀਆ ਡੁਬਈ ਕਾ, UAE ਕਾ। ਫਿਰ ਹਮਨੇ ਦਿੱਲੀ ਸੇ 2-3 ਦਿਨ ਬਾਅਦ ਹਮ ਨਿਕਲੇ ਡੁਬਈ ਕੇ ਲੀਏ। ਡੁਬਈ ਨੇ ਵਹਾਂ ਉਤਰੇ, ਹਮਾਰਾ ਕਰੋਨਾ ਟੈਸਟ ਹੁਆ, ਡੁਬਈ ਐਂਟਰੀ ਮਿਲ ਗਈ ਕਿਉਂਕਿ ਵੀਜ਼ਾ ਥਾ ਹਮਾਰੇ ਪਾਸ। ਇਹ 8-10 ਦਿਨ ਹਮ ਵਹਾਂ ਰਹੇ, 6-7 ਲੋਕ ਡੁਬਈ ਮੇ। ਫਿਰ ਸਭਸੇ ਪਹਿਲੇ ਮੈਂ ਔਰ ਮੇਰਾ ਦੋਸਤ ਆ ਜੋ ਸਾਥ, ਹਮ ਡੁਬਈ ਫਲਾਈ ਹੋਏ, ਡੁਬਈ ਸੇ ਸਰਬੀਆ ਪਹੁੰਚੇ। ਸਰਬੀਆ ਪਹੁੰਚੇ, ਸਰਬੀਆ ਪਹੁੰਚ ਕਰ ਜਬ ਹਮ ਪਹੁੰਚੇ, ਮੈਂ ਏਜੰਟ ਕੇ ਆਦਮੀ ਨੇ ਰਿਸੀਵ ਕੀਆ ਆ ਗਏ ਸੀ। ਉਸਨੇ ਹਮਾਰੇ ਪਾਸਪੋਰਟ ਲੈ ਲਈਏ ਵੀ ਬਈ ਯਹਾਂ ਕੋਈ ਪੁਲਿਸ ਐਸੀ ਹੈ, ਐਸੀ ਹੈ, ਹਮੇ ਡਰਾਇਆ ਵੀ ਉਹ ਇੰਡੀਅਨ ਕੋਲ ਲਾਇਕ ਨਹੀਂ ਕਰਦੀ। ਉਸਨੇ ਹਮੇ ਡਰਾਇਆ, ਹਮਨੇ ਪਾਸਪੋਰਟ ਦੇ ਦੀਏ ਕਿ ਏਜੰਟ ਨੇ ਬੋਲਾ ਦੇ ਦਿਓ, ਹਮਨੇ ਦੇ ਦੀਏ। ਤੋ ਹਮ ਉਸਕੇ ਰੂਮ ਪਰ ਚਲੇ ਗਏ, ਜੋ ਆਦਮੀ ਲੈਣੇ ਆਇਆ ਥਾ ਵਹਾਂ 6-7 ਲੋਕ ਹੋਰ ਪੜੇ ਥੇ। ਉਹਨਾਂ ਨੇ ਬੋਲਾ ਵੀ ਹਮਨੇ ਬੋਲਾ ਵੀ ਹਮ ਤੋ ਲੀਗਲ ਹੈ, ਹਮ 2 ਨੰਬਰ ਮੇ ਨਹੀਂ ਜਾਏਂਗੇ। ਤੋ ਉਹਨਾਂ ਨੇ ਬਤਾਇਆ ਵੀ ਨਹੀਂ ਵੀ ਅਬ ਇਹਨਾਂ ਨੇ ਪਾਸਪੋਰਟ ਲੈ ਲੀਏ ਹੈ, ਜੇ ਅਬ ਆਪ ਅਨਲੀਗਲ ਹੀ ਭੇਜੇਗਾ ਆਪਕੋ। ਜਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਨਾਲ ਹੁਣ ਏਡਾ ਵੱਡਾ ਧੋਖਾ ਹੋ ਗਿਆ ਆ, ਸਭ ਤੋਂ ਪਹਿਲਾਂ ਤਾਂ ਮੈਂ ਰੋਇਆ ਬਹੁਤ ਉੱਥੇ, ਅਤੇ ਘਰੇ ਮੈਂ ਗੱਲ ਨਹੀਂ ਕਰ ਸਕਦਾ ਕਿਉਂਕਿ ਫਾਦਰ ਸਾਹਿਬ ਹਾਰਟ ਪੇਸ਼ੈਂਟ ਆ, ਉਹ ਇੰਨੀ ਵੱਡੀ ਟੈਂਸ਼ਨ ਲੈ ਨਹੀਂ ਸਕਦੇ।
ਫਿਰ ਮੈਂ ਉੱਥੇ ਬਹੁਤ ਰੋਇਆ ਕਰੀ ਤੇ ਵੀ ਇਹ ਕੀ ਹੋ ਗਿਆ ਹੁਣ, ਪਿੱਛੇ ਮੈਂ ਮੁੜ ਨਹੀਂ ਸਕਦਾ ਕਿਉਂਕਿ ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਆਇਆ ਸੀ। ਤੇ ਫਿਰ ਮੈਂ ਉਸਕੇ ਸਾਥ ਗਾਲੀ ਗਲੋਚ ਕੀ ਏਜੰਟ ਕੇ ਸਾਥ, ਉਸਨੇ ਬੋਲਾ ਵੀ ਕਹਿੰਦਾ ਹੁਣ ਤੇ ਆਹੀ ਕੋਲ ਜਾ, ਜੇ ਜਾਣਾ ਠੀਕ ਆ ਨਹੀਂ ਤੇ ਘਰੇ ਆ ਜਾ, ਮੈਂ ਨੀ ਕੁਝ ਕਰ ਸਕਦਾ, ਹੁਣ ਤੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ। ਬਰਫ਼ ਪੜ ਰਿਹਾ ਹੈ, ਬਸ ਇਸੇ ਹਵਾ ਵਗ ਰਹੀ ਹੈ, ਬਾਰਿਸ਼ ਪੜ ਰਹੀ ਹੈ, ਵੀ ਆਪ ਘਰ ਸੇ ਬਾਹਰ ਨਹੀਂ ਜਾ ਸਕਦੇ ਉਨਕੇ ਪੁੱਛੇ ਬਿਨਾ। ਇੱਕ ਆਦਮੀ ਉਨਕਾ ਹਮੇਸ਼ਾ ਨਾਲ ਹੋਗਾ ਉਸ ਰੂਮ ਮੇ, ਵੋ ਸਭ ਨਿਕ ਹਰ ਬਾਤ ਏਜੰਟ ਕੋ ਬਤਾਏਗਾ ਵੀ ਯੇ ਕਿਆ ਕਿਆ ਕਰ ਰਹੇ ਹੈ। ਸਾਰੇ ਇੰਡੀਆ ਤੋਂ ਹੀ, ਪੰਜਾਬ ਹਰਿਆਣਾ, ਬਸ ਪੰਜਾਬ ਹਰਿਆਣੇ ਦੇ ਹੀ ਜਿੰਨੇ ਵੀ ਸਾਡੇ ਨਾਲ ਇੱਕ ਹੀ ਰੂਮ ਦੇ ਵਿੱਚ ਜਿੰਨੇ ਸੀ, ਫਿਰ ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਮੁੰਡਿਆਂ ਦੇ ਪੈਸੇ ਆਉਂਦੇ ਜਾਂਦੇ ਆ ਉਹ ਹਿਸਾਬ ਨਾਲ ਫਿਰ ਬੰਦੇ ਗਾਂਹ ਤੁਰਦੇ ਆ, ਜਿਹਦੇ ਨਹੀਂ ਪੈਸੇ ਆਉਂਦੇ ਉਹ ਭਾਵੇਂ ਮਹੀਨਾ ਬੈਠਾ ਰਵੇ ਉਹਨੂੰ ਉੱਥੇ ਬਾਹਰ ਛੱਡਣਗੇ, ਵੀ ਪਿੱਛੋਂ ਪੇਮੈਂਟ ਕਲੀਅਰ ਹੋਊਗੀ ਫਿਰ ਬੰਦਾ ਅੱਗੇ ਤੁਰੂਗਾ। ਫਿਰ 8-10 ਦਿਨ ਬਸ ਇਹ ਕੁਛ ਚੱਲਿਆ ਤਾਂ ਮੈਂ ਮੈਂਟਲੀ ਬਹੁਤ ਪਰੇਸ਼ਾਨ ਰਿਹਾ। ਫਿਰ ਮੈਂ ਸੋਚਿਆ ਵੀ ਹੁਣ ਜਾਣਾ ਗਾਂਹ ਹੀ ਜਾਣਾ ਪੈਣਾ, ਪਿੱਛੇ ਮੈਂ ਜਾ ਨਹੀਂ ਸਕਦਾ। ਫਿਰ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਵੀ ਮੈਂ ਹੁਣ ਗਾਂਹ ਜਾਣਾ, ਕੋਈ ਗੱਲ ਨਹੀਂ। ਤਿਆਰ ਹੋ ਜਾਓ, ਤੁਸੀਂ ਨਿਕਲਣਾ, ਆਪਣੇ ਕੱਪੜੇ ਪਾਲੋ ਜਿਹੜੇ ਪਾਉਣ ਵਾਲੇ ਆ ਕਿਉਂਕਿ ਬਾਹਰ ਠੰਡ ਆ, ਬਾਕੀ ਕੱਪੜੇ ਸੁੱਟ ਦੋ ਸਾਰੇ ਇੱਥੇ, ਵੀ ਕੁਛ ਨੀ ਨਾਲ ਜਾਣਾ ਤੇ ਪਾਣੀ ਦੀਆਂ ਬੋਤਲਾਂ ਭਰ ਲਓ। ਤੇ ਜੋ ਉਹਨਾਂ ਸਾਨੂੰ ਬ੍ਰੈਡ ਤੇ ਬਿਸਕੁਟ ਲਿਆ ਕੇ ਦਿੱਤੇ ਵੀ ਇਹ ਤੁਸੀਂ ਨਾਲ ਲੈ ਜਾਓ ਕਿੱਟ 'ਚ। ਫਿਰ ਸਾਨੂੰ ਕੱਪੜੇ ਪਾਉਂਦਿਆਂ ਅਹਿਸਾਸ ਹੋਇਆ ਵੀ ਕੁਛ ਨਾ ਕੁਛ ਗਲਤ ਹੋਊਗਾ ਹੁਣ, ਉੱਥੋਂ ਹੀ ਤੁਰਨਾ ਸ਼ੁਰੂ ਕੀਤਾ ਉਹ ਪਿੰਡ ਜਿਹਦੇ ਵਿੱਚੋਂ, ਉਹ ਸਾਨੂੰ ਇੱਦਾਂ ਫਿਰ ਇੱਕ ਜੰਗਲ ਦੇ ਵਿੱਚ ਲੈ ਗਏ, ਉੱਥੋਂ ਸਾਨੂੰ ਟੈਕਸੀ ਨੇ ਚੁੱਕਿਆ, ਉਹ ਲੈ ਗਈ ਸਾਨੂੰ ਨੌਰਥ ਮਕਡੋਨੀਆ ਬਾਰਡਰ 'ਤੇ, ਉੱਥੋਂ ਅਸੀਂ ਫਿਰ ਨੌਰਥ ਮਕਡੋਨੀਆ ਐਂਟਰ ਹੋਣਾ ਅਸੀਂ। ਫਿਰ ਰਾਤ ਉਹਨਾਂ ਸਾਨੂੰ ਤਰਾ ਕੇ ਸਾਰਿਆਂ ਜਣਿਆਂ ਨੂੰ ਨੌਰਥ ਮਕਡੋਨੀਆ ਅਸੀਂ ਐਂਟਰ ਹੋਏ, ਨੌਰਥ ਮਕਡੋਨੀਆ ਅਸੀਂ ਐਂਟਰ ਹੋਏ, ਅਸੀਂ ਉੱਥੋਂ ਟੈਕਸੀ ਲੱਗੀ, ਅਸੀਂ ਟੈਕਸੀ 'ਚ ਬੈਠੇ, ਟੈਕਸੀ ਦੇ ਵਿੱਚ ਅਸੀਂ 9 ਜਣੇ ਅਸੀਂ ਹਾਂ, ਉਹਦੇ ਵਿੱਚ ਅੱਗੇ 40-50 ਲੋਕ ਅੱਗੇ ਹੀ ਹੈਗੇ ਅਸੀਂ ਟੈਕਸੀ ਦੇ ਵਿੱਚ, ਕਿ ਏਟੀਐਮ ਜਿਸ ਤਰ੍ਹਾਂ ਏਟੀਐਮ ਵੈਨ ਹੁੰਦੀ ਇੱਦਾਂ ਦੀ ਵੈਨ ਜਿਹੀ ਉਹ, ਅਤੇ ਅਸੀਂ ਡਰ ਗਏ ਵੀ ਇੰਨੇ ਬੰਦੇ ਛੋਟੀ ਜਿਹੀ ਵੈਨ 'ਚ ਕਿੱਦਾਂ ਆਉਣਗੇ। ਉਹਨਾਂ ਸਾਨੂੰ ਧੱਕ ਧੱਕ ਕੇ ਵਾੜਤਾ ਗੱਡੀ ਦੇ ਵਿੱਚ, ਅਤੇ ਗੱਡੀ ਅੱਧਾ ਕੁ ਘੰਟਾ ਚੱਲੀ ਮਗਰ ਪੁਲਿਸ ਲੱਗ ਗਈ, ਉਹਨੇ ਮੁੰਡੇ ਨੇ ਡਰਾਈਵਰ ਨੇ ਗੱਡੀ ਨਹੀਂ ਖਿਲਾਰੀ, ਸਾਨੂੰ ਉੱਦਣ ਹੀ ਅਹਿਸਾਸ ਹੋਇਆ ਵੀ ਅੱਜ ਅਸੀਂ ਮਰ ਜਾਣਾ। 2 ਘੰਟੇ ਬਾਅਦ ਉਹਨਾਂ ਫਿਰ ਗੱਡੀ ਖਿਲਾਰ ਲਈ ਟੋਲ ਪਲਾਜ਼ੇ 'ਤੇ ਜਾ ਕੇ, ਫਿਰ ਉਹਨਾਂ ਸਾਨੂੰ ਬਾਹਰ ਕੱਢਿਆ, ਸਾਨੂੰ ਗੋਡਿਆਂ ਬਾਹਰ ਕਰ ਲਿਆ, ਉਹਨਾਂ ਪੁੱਛਿਆ ਵੀ ਕਿਹੜੀ ਕਿਹੜੀ ਨੈਸ਼ਨੈਲਿਟੀ ਤੁਹਾਡੀ, ਉਹਦੇ 'ਚ ਇੰਡੀਆ ਸੀ, 1-2 ਕੰਟਰੀਆਂ ਦੇ ਹੋਰ ਲੋਕ ਸੀ, ਵੀ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਵੇਖਿਆ ਹੀ ਉਹ ਗੱਡੀ 'ਚ ਵੜਨ ਲੱਗਿਆ ਵੀ ਉਹ ਇਹ 'ਚ ਹੋਰ ਵੀ ਬੰਦੇ ਹੈਗੇ ਆ। ਉਹਨਾਂ ਫਿਰ ਸਾਨੂੰ ਸਾਰਿਆਂ ਨੂੰ ਅਰੈਸਟ ਕਰ ਲਿਆ, ਸਾਨੂੰ ਫੜ ਲਿਆ ਨਿੱਕੀਆਂ ਨਿੱਕੀਆਂ ਵੈਣਾਂ 'ਚ, ਉਹਨਾਂ ਸਾਨੂੰ ਜਿਹ 'ਚ 10-10 ਬੰਦੇ ਆਉਂਦੇ ਉਹਨਾਂ ਸਾਨੂੰ 20-30 ਬੰਦੇ ਉਹ 'ਚ ਵਾੜਦੇ, ਅਸੀਂ ਬਹੁਤ ਤੰਗ ਹੋਏ ਵੀ ਸਾਹ ਗੁੰਮ ਹੁੰਦਾ ਉਹਦੇ 'ਚ, ਸਾਹ ਨਹੀਂ ਆਉਂਦਾ। ਅਤੇ ਫਿਰ ਉਹ ਸਾਨੂੰ ਵਰਦੇ ਮੀਂਹ ਦੇ ਵਿੱਚ ਹੀ ਵਾਪਸ ਸਰਬੀਆ ਬਾਰਡਰ 'ਤੇ ਉਤਾਰ ਗਏ, ਉਹਦੇ ਵਿੱਚ ਸਰਬੀਆ ਦੇ ਅਤੇ ਨੌਰਥ ਮਕਡੋਨੀਆ ਦੇ ਵਿੱਚ ਕੁਛ ਜਗ੍ਹਾ ਹੈ ਜਿਹੜੀ ਫ੍ਰੀ ਆ, ਅਸੀਂ ਸਰਬੀਆ ਗਏ, ਸਰਬੀਆ ਵਾਲਿਆਂ ਕੁੱਤੇ ਛੱਡਤੇ ਵੀ ਬਈ ਸਾਡੇ ਦੇਸ਼ ਐਂਟਰ ਨਹੀਂ ਹੋਣਾ, ਵਾਪਸ ਹੀ ਚੱਲ ਜਾਓ ਜਿੱਥੋਂ ਆਏ ਜੀ। ਫਿਰ ਅਸੀਂ ਏਜੰਟ ਨਾਲ ਫੋਨ ਕਰਕੇ ਲੜੇ ਵੀ ਸਾਡੇ ਨਾਲ ਕੀ ਹੋ ਗਿਆ ਆ, ਕਿਉਂਕਿ ਠੰਡ ਬਹੁਤ ਜ਼ਿਆਦਾ ਸੀ, ਕੱਪੜੇ ਸਾਰੇ ਗਿੱਲੇ ਹੋ ਗਏ ਅਸੀਂ, ਅਤੇ ਵੀ ਸਰੀਰ ਸਾਰਾ ਕੰਬਦਾ ਸੀ ਵੀ ਇੰਨੀ ਠੰਡ ਹੋ ਗਈ ਸੀ। ਫਿਰ ਸਾਨੂੰ 2 ਘੰਟੇ ਬਾਅਦ ਇੱਕ ਖੰਡਰ ਦੀ ਲੋਕੇਸ਼ਨ ਆਈ ਵੀ ਬਈ ਇੱਥੇ ਚਲੇ ਜਾਓ, ਉੱਥੇ ਬੈੱਡ ਲੱਗੇ ਆ, ਸੌਂ ਜਾਓ ਜਾ ਕੇ ਉੱਥੇ। ਉੱਥੇ ਸਾਨੂੰ ਇਹ ਵੀ ਚਲੋ ਜਾ ਕੇ ਸੌਵਾਂਗੇ ਵੀ ਠੰਡ ਨਾ ਮਰਨ ਦਾ ਆ। ਉੱਥੇ ਜਦੋਂ ਅਸੀਂ ਲੋਕੇਸ਼ਨ 'ਤੇ ਪਹੁੰਚੇ, ਉਹ ਪੈਟਰੋਲ ਪੰਪ ਥੱਲੇ ਇੱਕ ਕਮਰਾ ਸੀ, ਕੋਈ ਉੱਥੇ ਬਿਸਤਰਾ ਨਹੀਂ, ਕੋਈ ਕੁਝ ਨਹੀਂ, ਸਿਰਫ ਉੱਥੇ ਇੰਨਾ ਪਤਾ ਲੱਗਦਾ ਸੀ ਵੀ ਇੱਥੇ ਪਹਿਲਾਂ ਵੀ ਬੰਦੇ ਰਹਿ ਕੇ ਗਏ ਆ, ਕਿਉਂਕਿ ਉੱਥੇ ਸਮਾਨ ਖਿਲ ਰਿਹਾ ਸੀ। ਉੱਥੇ ਜਾ ਕੇ ਸਾਡੇ ਗਿੱਲੇ ਕੱਪੜੇ ਅਸੀਂ ਮਰਨ ਦਏ ਠੰਡ ਨਾਲ। ਫਿਰ ਸਾਡੇ 'ਚੋਂ ਇੱਕ ਮੁੰਡੇ ਕੋਲ ਲੈਟਰ ਸੀ, ਉਹਨੇ ਅੱਗ ਬਾਲੀ, ਫਿਰ ਅਸੀਂ ਉੱਥੇ ਸਾਰੀ ਰਾਤ ਨਹੀਂ ਸੁੱਤੇ, ਅਸੀਂ ਕੱਪੜੇ ਸੁਕਾਏ ਸਾਰੀ ਰਾਤ।
ਸਾਰੀ ਰਾਤ ਅਸੀਂ ਏਜੰਟ ਨੂੰ ਫੋਨ ਕਰਦੇ ਰਹੇ, ਸਾਡਾ ਫੋਨ ਕਿਸੇ ਨੇ ਨਹੀਂ ਚੁੱਕਿਆ, ਨਾ ਕਿਸੇ ਏਜੰਟ ਦੇ ਜਿੰਨੇ ਵੀ ਗਾੜੀ ਬੰਦੇ ਸੀ ਕਿਸੇ ਨੇ ਫੋਨ ਚੁੱਕਿਆ, ਨਾ ਏਜੰਟ ਨੇ ਚੁੱਕਿਆ। ਇਹ ਏਜੰਟ ਸਰਬੀਆ ਵਾਲਾ ਜਿਹੜਾ ਗਾੜੀ ਸਾਨੂੰ ਕੰਟਰੋਲ ਕਰਨ ਦਿਆ ਆ, ਜਿਹਦੇ ਨਾਲ ਸਾਡੀ ਸਾਰੀ ਗੱਲਬਾਤ ਹੁੰਦੀ ਆ। ਉਹ ਤੋਂ ਇੰਡੀਆ ਵਾਲਾ ਏਜੰਟ ਆ, ਸਰਬੀਆ ਆ ਕੇ ਏਜੰਟ ਸਾਡਾ ਬਦਲ ਗਿਆ ਵੀ ਉਹਦਾ ਹੀ ਬੰਦਾ ਆ। ਅੱਗੇ ਸ਼ਾਮਾਂ ਦਾ ਟਾਈਮ ਹੋਣਾ 5 ਵਜੇ ਦਾ, ਉਹ ਤੋਂ ਬਾਅਦ ਸਾਨੂੰ ਲੋਕੇਸ਼ਨ ਆਈ ਵੀ ਹਾਂ ਵੀ ਤੁਸੀਂ ਇੱਥੇ ਆ ਜਾਓ। ਅਸੀਂ ਉਹ ਬੰਦੇ ਕੋਲ ਪਹੁੰਚੇ ਤੇ ਉਹ ਤੇ ਪੈਲੀ ਚ ਖਲੋਤਾ ਇੱਦਾਂ ਹੀ ਸਿੱਧਾ ਹੀ। ਉਹ ਕਹਿੰਦਾ ਵੀ ਆਪਾਂ 4 ਘੰਟੇ ਤੁਰਨਾ, ਅੱਗੇ ਆਪਣੀ ਗੱਡੀ ਲੱਗੀ ਆ। ਫਿਰ ਅਸੀਂ ਉਹਦੇ ਨਾਲ ਮੀਂਹ 'ਚ ਤੁਰਨਾ ਸ਼ੁਰੂ ਕਰਤਾ। ਉਹਨੇ ਸਾਨੂੰ 5-6 ਘੰਟੇ ਤਰਾਇਆ ਰਾਤ ਪੈਲੀਆਂ ਵਿੱਚ ਦੀ। ਸਾਡੇ ਬੂਟ ਬਾਟ ਸਾਹਿਬ ਪੈਲੀਆਂ 'ਚ ਹੀ ਰਹਿ ਗਏ ਕਿਉਂਕਿ ਪੈਲੀਆਂ 'ਚ ਚਿੱਕੜ ਬਹੁਤ ਸੀ। ਅਤੇ ਅਸੀਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਵੀ ਕੀ ਹੋਣ ਦਿਆ ਸਾਡੇ ਨਾਲ। 6 ਘੰਟੇ ਫਿਰ ਅਸੀਂ ਤੁਰੇ, ਫਿਰ ਅਸੀਂ ਉੱਥੇ ਪੁਆਇੰਟ 'ਤੇ ਲੱਗੇ ਅਤੇ ਉੱਧਰ ਵੀ ਸਾਡੀ ਟੈਕਸੀ ਨਹੀਂ ਲੱਗੀ। ਫਿਰ ਸਾਡੇ ਉੱਥੇ ਮੁੰਡੇ ਲੜ ਪਏ ਉਹਦੇ ਨਾਲ, ਅਸੀਂ ਵਾਪਸ ਨਹੀਂ ਜਾਣਾ ਉਹਨੂੰ 6 ਘੰਟੇ ਤੁਰ ਕੇ ਉਸੇ ਖੰਡਰ ਦੇ ਵਿੱਚ ਦੁਬਾਰਾ। ਫਿਰ ਉਹਨੇ ਕਿਹਾ ਵੀ ਇੱਥੋਂ ਅੱਗੇ 2 ਕਿਲੋਮੀਟਰ ਆ ਮੇਨ ਰੋਡ ਕਰੋਸ ਕਰਨਾ ਅਤੇ ਆਪਾਂ ਤੁਹਾਨੂੰ ਖੰਡਰ ਦੇ ਵਿੱਚ ਲੈ ਜਾਣਾ, ਉੱਥੇ ਤੁਹਾਨੂੰ ਮੈਂ ਰੋਟੀ ਖਵਾਊਂ ਤੁਹਾਨੂੰ ਖੜ ਕੇ। ਹੁਣ ਅਸੀਂ ਤਾਂ ਭੁੱਖੇ ਸੀ, ਉੱਦਣ ਦੇ ਬ੍ਰੈਡ ਜਿੰਨੇ ਕੁ ਵੀ ਹੈਗੇ ਸੀ ਅਸੀਂ ਖਾ ਲਏ। ਉੱਥੇ ਜਾ ਕੇ ਫਿਰ ਅਸੀਂ ਇੱਕ ਗੰਦਾ ਨਾਲਾ ਲੰਘਿਆ ਵੀ ਮੇਨ ਰੋਡ ਅਸੀਂ ਕਰੋਸ ਨਹੀਂ ਕਰ ਸਕਦੇ ਕਿਉਂਕਿ ਪੁਲਿਸ ਆ ਜਿਹੜੀ ਸੀ ਸਾਨੂੰ ਫੜ ਲੈਣੀ ਸੀ। ਅਸੀਂ ਗੰਦੇ ਨਾਲੇ ਦੇ ਵਿੱਚ ਦੀ ਥੱਲਿਓਂ ਦੀ ਜਿਹੜਾ ਪੁਲ ਬਣਿਆ ਹੁੰਦਾ ਅਸੀਂ ਥੱਲਿਓਂ ਦੀ ਲੰਘੇ, ਮੁਸ਼ਕ ਇੰਨਾ ਆਵੇ ਉੱਥੋਂ ਕੋਈ ਹਿਸਾਬ ਨਹੀਂ, ਗੋਡੇ ਗੋਡੇ ਪਾਣੀ ਉਹਦੇ 'ਚ ਵੀ ਉਹ ਗੰਦੇ ਨਾਲੇ ਸਾਡੀ ਲੰਘ ਕੇ ਫਿਰ ਅਸੀਂ ਦੂਜੇ ਖੰਡਰ ਦੇ ਵਿੱਚ ਪਹੁੰਚੇ। ਉੱਥੇ ਪਹੁੰਚ ਕੇ ਅਸੀਂ ਸਾਨੂੰ ਕਹਿੰਦਾ ਵੀ ਲਿਆਓ 20-20 ਯੂਰੋ ਤੁਹਾਨੂੰ ਮੈਂ ਲਿਆ ਦਿੰਦਾ ਹੈ, ਬ੍ਰੈਡ ਲਿਆ ਦਿੰਦਾ ਹੈ, ਤੁਹਾਨੂੰ ਮੈਂ ਕੋਕ ਲਿਆ ਦਿੰਦਾ ਹੈ, ਵੀ ਤੁਹਾਨੂੰ ਖਾਣ ਨੂੰ ਕੋਈ ਦੇਣਾ ਕੁਛ। 2 ਦਿਨ ਨਹੀਂ ਹੋਇਆ ਅਤੇ ਜਿਹਦੇ ਨੇ ਫਿਰ ਅਸੀਂ ਮੀਂਹ ਦਾ ਪਾਣੀ ਪੀਤਾ ਉੱਥੋਂ ਖਲੋਤਾ ਕਿਉਂਕਿ ਅਸੀਂ ਮਜਬੂਰ ਹੋ ਗਏ ਸੀ, ਤੇਜ਼ ਇੰਨੀ ਲੱਗੀ ਸੀ। ਫਿਰ ਅਸੀਂ ਮੀਂਹ ਦਾ ਪਾਣੀ ਪੀਤਾ। ਫਿਰ 3ਰੇ ਦਿਨ ਉਹਦਾ ਕੋਈ ਨਵਾਂ ਬੰਦਾ ਆਇਆ, ਉਹ ਜਿਹੜਾ ਪੈਸੇ ਲੈ ਕੇ ਗਿਆ ਉਹ ਨਹੀਂ ਆਇਆ। 3ਰੇ ਦਿਨ ਜਦੋਂ ਉਹ ਆਇਆ ਤਾਂ ਫਿਰ ਉਹਨੇ ਕਿਹਾ ਵੀ ਅੱਜ ਰਾਤ ਆਪਾਂ ਨਿਕਲਣਾ। ਉੱਦਾਂ ਰਾਤ ਅਸੀਂ ਕਿਹਾ ਵੀ ਅਸੀਂ ਪੈਸੇ ਦਿੱਤੇ ਖਾਣ ਵਾਸਤੇ, ਕਹਿੰਦਾ ਵੀ ਜੇ ਖਾਣ ਉਹਨੂੰ ਉਡੀਕਣਾ ਤਾਂ ਫਿਰ ਬੈਠੇ ਰਹੋ, ਜਿਹਨੇ ਮਿਰਨਾ ਜਾਣਾ ਤੁਰੋ। ਉੱਥੇ ਇਸ ਚੀਜ਼ 'ਚ ਆਪਣੇ ਤਾਂ ਆਪਸ਼ਨ ਨਹੀਂ ਹੁੰਦੀ, ਜੋ ਚੀਜ਼ ਉਹਨੇ ਕਹਿਤੀ ਆਪਾਂ ਨੂੰ ਕਰਨੀ ਪੈਣੀ ਆ। ਉਹਨੇ ਸਾਨੂੰ ਟਮਾਟਰਾਂ ਦੇ ਸ਼ੈੱਡ 'ਚ ਪਾਤਾ ਜਾ ਕੇ। ਉੱਥੇ ਅਸੀਂ ਬੈਠੇ 4-5 ਘੰਟੇ, ਕਹਿੰਦਾ ਵੀ ਤੜਕੇ ਗੱਡੀ ਲੱਗਣੀ, ਉਹ 'ਚ ਟਰੱਕ 'ਚ ਆਪਾਂ ਬਵਾਂਗੇ। ਮੇਰੀਆਂ ਵੀ ਲੱਤਾਂ ਸੌਂ ਗਈਆਂ ਉੱਥੇ, ਮੇਰੀਆਂ ਲੱਤਾਂ ਕੰਮ ਕਰਨਾ ਬੰਦ ਕਰਤਾ ਕਿਉਂਕਿ ਥੱਕੇ ਇੰਨੇ ਪਏ, ਮੈਨੂੰ ਪਤਾ ਨਹੀਂ ਲੱਗਾ ਮੈਨੂੰ ਨੀਂਦ ਆ ਗਈ, ਮੇਰੀਆਂ ਲੱਤਾਂ ਸੌਂ ਗਈਆਂ। ਉਹ ਕਹਿੰਦਾ ਉੱਠੋ ਟਰੱਕ ਆ ਗਿਆ। ਮੈਂ ਉੱਠ ਕੇ ਉੱਠਣ ਦੀ ਕੋਸ਼ਿਸ਼ ਕੀਤੀ, ਮੇਰੀਆਂ ਲੱਤਾਂ ਕੰਮ ਹੀ ਨਹੀਂ ਕੀਤਾ। ਫਿਰ ਮੇਰੇ ਨਾਲ ਦੋਸਤ ਸੀ 2, ਉਹਨਾਂ ਕਿਹਾ ਵੀ ਬਈ ਇਹ ਨਹੀਂ ਤੁਰ ਸਕਦਾ ਹੁਣ, ਵੀ ਉਹਦੀਆਂ ਲੱਤਾਂ ਸੌਂ ਗਈਆਂ ਠੰਡ ਦੇ ਨਾਲ। ਅਤੇ ਉਹ ਕਹਿੰਦਾ ਵੀ ਚਲੋ 15-20 ਮਿੰਟ ਨੂੰ ਹਿਲਾਓ ਲਓ, ਗੱਡੀ ਆਉਂਦੀ ਨੂੰ ਅੱਧਾ ਘੰਟਾ ਲੱਗ ਜਾਣਾ, ਵੀ ਮੈਂ ਤੈਨੂੰ ਤਿਆਰ ਹੀ ਕੀਤਾ। ਫਿਰ ਉਹ ਵਿਚਾਰੇ ਦੋਵੇਂ ਮੇਰੇ ਉਹ ਅੱਧਾ ਘੰਟਾ ਮੇਰੀਆਂ ਲੱਤਾਂ ਘੁੱਟਦੇ ਰਹੇ, ਉਹ ਹਿਲਾਉਂਦੇ ਰਾਹ ਦੇ ਲਾਏ, ਫਿਰ ਮੇਰੀਆਂ ਲੱਤਾਂ ਚੱਲੀਆਂ। ਫਿਰ ਉੱਥੋਂ ਅਸੀਂ ਅੱਧਾ ਘੰਟਾ ਹੋ ਤੁਰੇ, ਫਿਰ ਸਾਨੂੰ ਉਹਨਾਂ ਇੱਕ ਟਰੱਕ ਦੇ ਵਿੱਚ ਵਾੜਿਆ ਸਮਾਨ ਵਾਲੇ ਦੇ ਵਿੱਚ। 3-4 ਘੰਟੇ ਉਹ ਟਰੱਕ ਚੱਲਿਆ, ਦਿਨੇ ਤੜਕੇ ਜਾ ਕੇ ਉਹਨੇ ਸਾਨੂੰ ਗਰੀਸ ਬਾਰਡਰ 'ਤੇ ਉਤਾਰਤਾ। ਉੱਥੋਂ ਨਵਾਂ ਬੰਦਾ ਸਾਨੂੰ ਮਿਲਿਆ, ਉਹਨੇ ਫਿਰ ਸਾਨੂੰ ਗਰੀਸ ਸੈਂਟਰ ਕਰਾਇਆ। ਉੱਥੇ ਬਹਾ ਕੇ ਫਿਰ ਉਹਨਾਂ ਸਾਡੀਆਂ ਵੀਡੀਓ ਬਣਾਈਆਂ ਵੀ ਮੈਂ ਸਿੰਘ, ਮੇਰਾ ਫਲਾਣਾ ਏਜੰਟ ਆ, ਮੈਂ ਪਹੁੰਚ ਗਿਆ ਅਤੇ ਮੇਰੇ ਪੈਸੇ ਕਲੀਅਰ ਕਰੋ, ਇਹ ਫਿਰ ਮੈਨੂੰ ਛੱਡਣਗੇ। ਵੀ ਇੱਕ ਤਰ੍ਹਾਂ ਦਾ ਬੰਦੇ ਨੂੰ ਗਿਣਨਾ ਵੀ ਹੁੰਦਾ ਬੰਦਾ ਉੱਥੇ। ਉਹ ਤੋਂ ਬਾਅਦ ਫਿਰ ਉਹ ਬੰਦੇ ਨੂੰ ਕਹਿੰਦੇ ਵੀ ਹਾਂ ਹੁਣ ਦੱਸ ਤੈਨੂੰ ਕਿੱਥੇ ਛੱਡੀਏ। ਜਦੋਂ ਅਸੀਂ ਗਰੀਸ ਪਹੁੰਚ ਗਏ ਸਾਡੀ ਪੇਮੈਂਟ ਕਲੀਅਰ ਹੋ ਗਈ। ਫਿਰ ਉੱਥੇ ਅਸੀਂ 7-8 ਦਿਨ ਕੰਮ 'ਤੇ ਗਏ। ਫਿਰ ਉੱਥੇ ਬਰਫ਼ ਪੈਣੀ ਸ਼ੁਰੂ ਹੋ ਗਈ ਗਰੀਸ ਐਥਨਸ। ਉਹ ਤੋਂ ਬਾਅਦ ਥੀਵੇ ਰਹੇ ਅਸੀਂ, ਥੀਵੇ ਬਹੁਤ ਬਰਫ਼ ਪੈ ਜਾਂਦੀ ਆ, ਸਾਨੂੰ ਕੰਮ ਸਾਡਾ ਬੰਦ ਹੋ ਗਿਆ। ਮੈਂ ਏਜੰਟ ਨੂੰ ਫੋਨ ਕਰਨਾ ਸ਼ੁਰੂ ਕੀਤਾ, ਬਈ ਨਾਲੇ ਤਾਂ ਮੇਰਾ ਪਾਸਪੋਰਟ ਦੇ, ਨਾਲੇ ਮੈਨੂੰ ਕੱਢ ਇੱਥੋਂ, ਮੈਂ ਆਪਣੀ ਪੁਰਤਗਾਲ ਪਹੁੰਚਾ ਮੈਨੂੰ, ਕਿਉਂਕਿ ਮੇਰਾ ਮੇਨ ਮਕਸਦ ਹੀ ਪੁਰਤਗਾਲ ਜਾਣਾ। ਫਿਰ 1 ਮਹੀਨੇ ਬਾਅਦ ਮੇਰਾ ਪਾਸਪੋਰਟ ਮੈਨੂੰ ਰਿਸੀਵ ਹੋਇਆ। ਉਹ ਮੈਨੂੰ ਫੋਨ ਆਇਆ ਇੱਕ ਰਿਕਾਰਡਿੰਗ ਆਈ ਨਿਊ ਨੰਬਰ ਤੋਂ ਵੀ ਤੇਰਾ ਪਾਸਪੋਰਟ ਸਿੰਘ ਉੱਥੇ ਆ,
ਰਿਸੀਵ ਕਰ ਲਾ। ਮੈਂ ਉੱਥੇ ਗਿਆ ਦੁਕਾਨ 'ਤੇ, ਉਹ ਮੈਨੂੰ ਕਹਿੰਦੇ ਵੀ ਹਾਂ, ਮੈਂ ਆਪਣਾ ਨਾਮ ਦੱਸਿਆ ਵੀ ਮੈਂ ਸਿੰਘ ਹਾਂ, ਕਹਿੰਦੇ ਹਾਂ ਤੇਰੀ ਪੇਮੈਂਟ ਕਲੀਅਰ ਆ, ਪਾਸਪੋਰਟ ਲੈ ਜਾ। ਉੱਥੋਂ ਤੱਕ ਮੈਂ 7 ਲੱਖ ਰੁਪਏ ਏਜੰਟ ਨੂੰ ਦੇ ਚੁੱਕਾ ਇਹ, ਵੀ ਸਾਡੀ ਕੁੱਲ ਮਿਲਾ ਕੇ ਗੱਲ 12 ਲੱਖ ਦੇ ਵਿੱਚ ਹੋਈ ਸੀ। ਅਪ੍ਰੈਲ ਮਹੀਨੇ ਉਹਨੇ ਫਿਰ ਕਿਹਾ ਵੀ ਨਹੀਂ ਵੀ ਮੈਂ ਨਹੀਂ ਕੱਢ ਸਕਦਾ, ਮੈਂ ਹੋਰ ਪੈਸੇ ਵੀ ਨਹੀਂ ਲੈਂਦਾ, 7 ਲੱਖ ਆ ਗਿਆ, ਮੈਂ ਇਹਦੇ ਹੱਥ ਖੜੇ ਆ, ਮੈਂ ਨਹੀਂ ਕੱਢ ਸਕਦਾ ਤੈਨੂੰ ਗਰੀਸ 'ਚੋਂ। ਆਹ ਪ੍ਰੋਬਲਮ ਉੱਥੇ ਹੋ ਗਈ ਵੀ ਜੇ ਮੈਂ ਲੰਮੇ ਪੈਂਦਾ ਮੈਨੂੰ ਤਾਂ ਵੀ ਚੱਕਰ ਆਉਂਦੇ ਵੀ ਮੈਂ ਫਿਜੀਕਲੀ ਮੈਂ ਬਿਮਾਰ ਹੋ ਗਿਆ ਹੈ। ਸੋਚ ਸੋਚ ਕੇ ਡਿਪਰੈਸ਼ਨ ਜਿਹਨੂੰ ਕਹਿੰਦੇ ਬੰਦਾ ਚਲੇ ਜਾਂਦਾ। ਫਿਰ ਮੈਂ ਉੱਥੇ ਜਿਸ ਤਰ੍ਹਾਂ ਪੁਰਾਣੇ ਬੰਦੇ ਜਿਸ ਤਰ੍ਹਾਂ ਕੰਮ 'ਤੇ ਜਾਣਾ, ਉਹਨਾਂ ਮੈਨੂੰ ਕਹਿਣਾ ਵੀ ਇੱਥੇ ਕੋਈ ਫਿਊਚਰ ਨਹੀਂ ਹੈਗਾ, ਨਾ ਤੇਰੀ ਫੈਮਿਲੀ ਦਾ ਨਾ ਤੇਰਾ, ਤੂੰ ਅਨਲੀਗਲ ਰਹੇਗਾ, ਤੇਰਾ ਕੋਈ ਫਿਊਚਰ ਇੱਥੇ ਹੈ ਨਹੀਂ, ਫੜਿਆ ਗਿਆ ਤਾਂ ਵੀ ਪ੍ਰੋਬਲਮ ਹੋਊਗੀ। ਫਿਰ ਮੈਂ ਉੱਥੇ ਮੈਂ ਸੋਚ ਲਿਆ, ਮੈਂ ਪ੍ਰਪੇਅਰ ਕੀਤਾ ਦਿਮਾਗ ਨੂੰ ਵੀ ਬਈ ਨਿਕਲਣਾ ਪੈਣਾ, ਇੱਕ ਰਿਸਕ ਜ਼ਿੰਦਗੀ ਦਾ ਲਾਸਟ ਲੈਣਾ ਪੈਣਾ। ਇੱਕ ਮਹੀਨਾ ਮੈਂ ਕੰਮ ਕਰਕੇ ਪੈਸੇ ਇਕੱਠੇ ਕੀਤੇ, ਮੈਂ ਗੰਢੇ ਪੁੱਟੇ ਇੱਕ ਮਹੀਨਾ ਉੱਥੇ। ਫਿਰ ਮੈਂ ਜੂਨ ਮਹੀਨੇ 15 ਜੂਨ ਨੂੰ ਫਿਰ ਮੈਂ ਗ੍ਰੀਸ ਨੂੰ ਅਲਵਿਦਾ ਕਹਿਤਾ। ਫਿਰ ਅਸੀਂ ਉੱਥੋਂ 800 ਯੂਰੋ ਦੇ ਵਿੱਚ ਗੱਲ ਕੀਤੀ ਉਹ ਪਾਕਿਸਤਾਨ ਏਜੰਟ ਨਾਲ, ਗ੍ਰੀਸ ਤੋਂ ਸਰਬੀਆ ਤੱਕ ਦੀ। ਗ੍ਰੀਸ ਤੋਂ ਸਰਬੀਆ ਜਾਣਾ ਵਾਪਸ ਬਹੁਤ ਜ਼ਿਆਦਾ ਔਖਾ ਆ, ਜੇ ਤੁਸੀਂ ਫੜੇ ਗਏ ਤੁਹਾਨੂੰ ਤੁਰਕੀ ਡਿਪੋਰਟ ਕਰ ਦੇਣਗੇ, ਤੁਹਾਡੇ ਕੱਪੜੇ ਲਵਾ ਕੇ ਇਕੱਲੇ ਕੱਛੇ ਦੇ ਵਿੱਚ ਅੰਡਰਵੀਅਰ ਦੇ ਵਿੱਚ ਤੁਹਾਨੂੰ ਤੁਰਕੀ ਡਿਪੋਰਟ ਕਰ ਦੇਣਗੇ। ਅੱਜ ਆਪਣਾ ਗ੍ਰੀਸ ਦਾ ਆਖਰੀ ਦਿਨ ਆ, ਆਪਾਂ ਤੁਰ ਰਹੇ ਹਾਂ ਘਰੋਂ, ਸੀਓ ਟ੍ਰੇਨ ਤੇ ਬਹਿਣਾ ਤੇ ਪਲਾਸਟਿਕ ਤੁਰਨਾ ਜਾ ਕੇ, ਉੱਥੋਂ ਡੰਕਰ ਦਾ ਬੰਦਾ ਚੱਕੂਗਾ, ਬਾਕੀ ਪਤਾ ਨਹੀਂ। ਫਿਰ ਉੱਥੋਂ ਸਾਨੂੰ ਉਹਨਾਂ ਤੁਰਾਉਣਾ ਸ਼ੁਰੂ ਕੀਤਾ, ਜਿਹੜਾ ਸਾਡਾ ਸਭ ਤੋਂ ਮਾੜਾ ਸਫ਼ਰ ਆ, 6 ਦਿਨ ਅਤੇ 6 ਰਾਤਾਂ ਦਾ। ਵੀ ਇੱਕ ਪਾੜ ਉੱਤਰ ਗਏ, 2 ਦਿਨ ਤਾਂ ਅਸੀਂ ਗ੍ਰੀਸ ਹੀ ਜੰਗਲ 'ਚ ਬੈਠੇ ਰਹੇ ਹਾਂ, ਵੀ ਗਾੜੀ ਚੈੱਕ ਪੋਸਟ ਹੀ ਅਸੀਂ ਲੰਘ ਨਹੀਂ ਸਕਦੇ। ਫਿਰ 1 ਦਿਨ ਦੇ ਵਿੱਚ ਅਸੀਂ ਇੱਕ ਝਰਨਾ ਵਾਟਰਫਾਲ ਉੱਤਰ ਕੇ ਅਤੇ ਚੜ੍ਹੇ ਬਸ 1 ਦਿਨ ਬੰਨੇ। ਫਿਰ ਰਾਤ 4-5 ਘੰਟੇ ਉਹਨਾਂ, ਜਿੱਥੇ ਕੋਈ ਚੰਗੀ ਨਹੀਂ ਕੋਈ ਮਾੜੀ ਨਹੀਂ, ਬਸ ਜਿੱਥੇ ਉਹਨਾਂ ਨੂੰ ਲਾਈਟ ਦਿਖੀ ਉਹਨਾਂ ਰਾਤ ਕਹਿਣਾ ਪੈ ਜਾਉ, ਪੈ ਗਏ। 2-3 ਘੰਟੇ ਸੁੱਤੇ, ਉਹਨਾਂ ਕਹਿਣਾ ਚਲੋ ਉੱਠ ਕੇ ਤੁਰ ਪਓ। 6 ਦਿਨ ਬਸ ਆਹੀ ਕੁਛ ਚੱਲਿਆ, ਉੱਠ ਗਏ, ਤੁਰ ਗਏ, ਬਹਿ ਗਏ। ਅਤੇ ਉਸ ਟਾਈਮ ਤੱਕ ਮੈਨੂੰ ਬ੍ਰੈਡ ਤੋਂ ਮੇਰਾ ਮਨ ਭਰ ਚੁੱਕਾ ਸੀ ਬ੍ਰੈਡ ਖਾ ਖਾ ਕੇ, ਕਿਉਂਕਿ ਗ੍ਰੀਸ ਤੋਂ ਜਦ ਅਸੀਂ ਵਾਪਸ ਸਰਬੀ ਵਾਲੀ ਤੁਰੇ ਤਾਂ ਵੀ ਸਾਡੇ ਕੋਲ ਬ੍ਰੈਡ ਹੀ। ਫਿਰ ਵਿੱਚੋਂ 1 ਘੰਟੇ ਦਾ ਰਾਸਤਾ ਆ, ਉਹਦੇ 'ਚ ਕੋਈ ਪਹਾੜ ਨਹੀਂ ਹੈਗਾ, ਸਾਰਾ ਵਸੋਂ ਵਾਲਾ ਰਸਤਾ ਆ। ਫਿਰ ਉਹ ਉੱਥੋਂ ਕੀ ਕਰਦੇ ਆ ਵੀ ਇੱਕ ਵੈਨ ਸੱਦਦੇ ਆ, ਜਿਸ ਤਰ੍ਹਾਂ ਆਪਣੀ ਲੋਕਲ ਵੈਨ ਹੁੰਦੀ ਆ। ਮੇਰੀ ਜ਼ਿੰਦਗੀ ਦਾ ਸਭ ਤੋਂ ਅੱਜ ਤੱਕ ਦਾ ਜੇ ਕੋਈ ਖਤਰਨਾਕ ਟਾਈਮ ਆ ਤਾਂ ਉਹ 1 ਘੰਟਾ ਜਿਹੜਾ ਉਹ ਵੈਨ ਦੇ ਵਿੱਚ ਕੱਢਿਆ। ਸਾਹ ਨਹੀਂ ਸੀ ਆਉਂਦਾ, ਇੱਕ ਦੂਜੇ ਨਾਲ ਇੰਨੇ ਟਾਇਟ ਹੋ ਗਏ ਹਾਂ ਅਸੀਂ ਵੀ 98 ਬੰਦੇ ਇੱਕ ਛੋਟੀ ਜਿਹੀ ਵੈਨ ਦੇ ਵਿੱਚ ਕੈਮਿਊ 'ਚ, ਬਹੁਤ ਮੁਸ਼ਕਲ ਸੀ। ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਸਮਾਂ ਸੀ ਉਹ। ਫਿਰ ਉਹਨਾਂ ਸਾਨੂੰ ਸਰਬੀਆ ਐਂਟਰ ਕਰਾਇਆ ਰਾਤ, 1 ਘੰਟਾ ਵੈਨ ਚੰਨ ਕੇ ਸਾਨੂੰ ਉਤਾਰ ਕੇ, ਫਿਰ ਉਹਨਾਂ ਫਿਰ ਸਾਨੂੰ ਤੋਰਿਆ ਕੋਈ 8-9 ਘੰਟੇ। ਉਹ ਤੋਂ ਬਾਅਦ ਫਿਰ ਅਸੀਂ ਸਰਬੀਆ ਐਂਟਰ ਹੋਏ। ਫਿਰ ਸਰਬੀਆ ਜਾ ਕੇ ਜਿਹੜਾ ਸਾਡਾ ਗ੍ਰੀਸ ਵਾਲਾ ਏਜੰਟ ਸੀ ਉਹਦੇ ਨਾਲ ਸਾਡੀ ਸਾਰੀ ਵਾਰਤਾਲਾਪ ਖਤਮ ਹੋ ਗਈ, ਸਾਡੀ ਪੇਮੈਂਟ ਕਲੀਅਰ ਹੋ ਗਈ। ਫਿਰ ਉੱਥੋਂ ਅਸੀਂ ਕੈਂਪ 'ਚ ਚਲੇ ਗਏ, ਕਕਿੰਦਾ ਕੈਂਪ ਸਰਬੀਆ। ਉੱਥੇ ਜਾ ਕੇ ਫਿਰ ਅਸੀਂ ਨਵਾਂ ਏਜੰਟ ਲੱਭਣਾ ਸ਼ੁਰੂ ਕੀਤਾ ਜਿਹੜਾ ਸਾਨੂੰ ਆਸਟ੍ਰੇਲੀਆ ਪਹੁੰਚਾ ਸਕੇ। ਹਰ ਦੂਜਾ ਬੰਦਾ ਉੱਥੇ ਏਜੰਟ ਆ, ਉੱਥੇ ਹਰ ਬੰਦਾ ਤੁਹਾਨੂੰ ਕਹੂਗਾ ਮੈਂ ਪਹੁੰਚਾ ਦਿੰਦਾ ਤੁਹਾਨੂੰ, ਇੰਨੇ ਪੈਸੇ ਲੱਗਣਗੇ। ਫਿਰ ਅਸੀਂ ਉੱਥੇ ਇੱਕ ਏਜੰਟ ਨੂੰ ਮਿਲੇ, ਉਹਨੇ ਕਿਹਾ ਵੀ ਹਾਂ ਵੀ ਤੁਸੀਂ ਮੈਂ ਜਲੰਧਰ ਗਰੰਟੀ ਰਖਾ ਦਿਓ ਆਪਣੇ ਪੰਜਾਬ 'ਚ, ਮੈਂ ਤੁਹਾਨੂੰ ਪਹੁੰਚਾ ਦੂੰ। ਗਰੰਟੀ ਰਖਾ ਦਾ ਵੀ ਇੱਕ ਆਪਣਾ ਵਿਚੋਲਾ ਵਿੱਚ, ਜਿਹਦੇ ਕੋਲ ਮੈਨੂੰ ਪਤਾ ਵੀ ਮੇਰੇ ਪੈਸੇ ਸੇਫ ਆ, ਏਜੰਟ ਨੂੰ ਪਤਾ ਵੀ ਮੇਰੇ ਪੈਸੇ ਸੇਫ ਆ, ਇੱਕ ਚੇਨ ਆ ਇਹ ਉਹ ਜਲੰਧਰ। ਫਿਰ ਮੈਂ ਗਰੰਟੀ ਰਖਾਈ 3.5 ਲੱਖ ਰੁਪਏ ਦੀ। ਪਹਿਲਾਂ ਤਾਂ ਦਿਲ ਟੁੱਟ ਗਿਆ, ਕਕਿੰਦੇ ਕੈਂਪ 'ਚ ਜਾ ਗਈ, ਕਿਉਂਕਿ ਉੱਥੇ ਤਾਰ ਟੱਪਦਿਆਂ ਕਿਸੇ ਦੇ ਗਿੱਟੇ ਟੁੱਟਾ ਆ, ਕਿਸੇ ਦਾ ਗੋਡਾ ਟੁੱਟਾ, ਪਲਸਤਰ ਲੱਗੇ ਆ।
ਉੱਥੇ ਜਾ ਕੇ ਮੈਂ ਅਸੀਂ ਪੁੱਛਿਆ ਵੀ ਤੁਹਾਨੂੰ ਕਿੱਦਾਂ ਸੱਟ ਲੱਗੀ, ਕਹਿੰਦੇ ਸਾਨੂੰ ਤਾਰਾਂ ਟੱਪ ਦੀ ਸੱਟ ਲੱਗੀ ਵੀ 12 ਫੁੱਟ ਤੋਂ ਛਾਲ ਮਾਰਨੀ ਪੈਂਦੀ, ਉੱਥੇ ਦੋ ਤਾਰਾਂ 12-12 ਫੁੱਟ ਦੀਆਂ। ਜਦੋਂ ਅਸੀਂ ਬਾਰਡਰ 'ਤੇ ਗਏ ਪਹਿਲੀ ਰਾਤ ਅਫਗਾਨੀ ਗਾੜੀ, ਸਾਨੂੰ ਅਫਗਾਨੀਆਂ ਨੇ ਰਿਸੀਵ ਕੀਤਾ। ਉਹ ਤੋਂ ਬਾਅਦ ਉਹਨਾਂ ਪੁਲਿਸ ਕੰਟਰੋਲ ਹੁੰਦਾ ਰਿਹਾ, ਜਦੋਂ ਉਹਨਾਂ ਦੇਖਿਆ ਗੱਡੀ ਚਲੇਗੀ ਉਹਨਾਂ ਪੌੜੀਆਂ ਲਾਈਆਂ, ਸਹੀ ਪਹਿਲੀ ਪੌੜੀ ਚੜ੍ਹੇ ਉੱਤਰੇ ਅਗਲੀ ਚੜ੍ਹੇ, ਉਹ ਤੋਂ ਅੱਗੇ ਛਾਲ ਮਾਰ ਰਹੀ ਸੀ ਸਾਰੀ ਰਾਤ। ਉਹ ਬੰਦਾ ਗਾੜੀ ਡੰਕਰ ਜਿਹੜਾ ਸਾਡੇ ਨਾਲ ਟੱਪਿਆ ਸੀ, ਉਹ ਸਾਰੀ ਰਾਤ ਸਾਨੂੰ ਲੈ ਕੇ ਤੁਰਿਆ ਫਿਰਦਾ ਰਿਹਾ ਜੰਗਲ 'ਚ। ਪਰ ਦਿਨ ਚੜ੍ਹਦੇ ਨੂੰ ਹੀ ਫੜੇ ਗਏ 4 ਵਜੇ ਨੂੰ, ਸਾਰੀ ਰਾਤ ਅਸੀਂ ਤੁਰੇ 4 ਵਜੇ ਨੂੰ ਹੀ ਫੜੇ ਗਏ। ਚਲੋ ਸਾਨੂੰ ਉਹਨਾਂ ਗੋਡਿਆਂ ਪਰ ਬਹਿ ਕੇ ਸਾਡੀ ਸਾਰੀ ਤਲਾਸ਼ੀ ਲਈ, ਸਾਰਾ ਕੁਝ ਚੈੱਕ ਕੀਤਾ ਵੀ ਇਹਨਾਂ ਤੋਂ ਕੋਈ ਡਾਕੂਮੈਂਟ ਕੋਈ ਕੁਛ ਕੋਈ ਕੁਛ ਨਿਕਲੇ। ਸਾਰੇ ਡੰਕਰ ਨੂੰ ਉਹਨਾਂ ਬਹੁਤ ਕੁੱਟਿਆ, ਡੰਕਰ ਨੂੰ ਉਹਨਾਂ ਸਾਡੇ ਤੋਂ ਵੱਖਰਾ ਕਰਤਾ, ਅਸੀਂ ਸਾਰੇ ਵੱਖਰੇ ਹੋ ਗਏ, ਸਾਨੂੰ ਉਹਨਾਂ ਇੱਕ ਵੈਨ ਦੇ ਵਿੱਚ ਬੰਦ ਕਰਤਾ। ਨਹੀਂ, ਪਾਸਪੋਰਟ ਮੇਰਾ ਗਰੀਸ ਸੀ, ਮੈਂ ਪਾਸਪੋਰਟ ਨਹੀਂ ਲੈ ਕੇ ਆਇਆ, ਕਿਉਂਕਿ ਮੈਨੂੰ ਪਤਾ ਸੀ ਜੇ ਮੇਰਾ ਪਾਸਪੋਰਟ ਮੈਨੂੰ ਕਿਤੇ ਵੀ ਮੇਰਾ ਦੇਖ ਗਿਆ ਉਹਨਾਂ ਮੈਨੂੰ ਡਿਪੋਰਟ ਇੰਡੀਆ ਕਰ ਦੇਣਾ, ਅਤੇ ਮੈਂ ਇੰਡੀਆ ਜਾ ਹੀ ਨਹੀਂ ਸਕਦਾ, ਮੇਰੇ ਕੋਈ ਚਾਰਾ ਹੀ ਨਹੀਂ ਇੰਡੀਆ ਜਾ ਕੇ, ਤਾਂ ਮੈਂ ਖਤਮ ਹੀ। 3 ਘੰਟਿਆਂ ਬਾਅਦ ਫਿਰ ਉਹ ਸਾਨੂੰ ਉਹਦੇ ਵਿੱਚ ਵੈਨ 'ਚ ਫਿਰ ਉਹਨਾਂ ਸਾਰੇ ਬੰਦੇ ਉਹਨਾਂ ਫਿਰ ਵਾਪਸ ਸਰਬੀਆ ਡਿਪੋਰਟ ਕਰਤੇ, ਬਾਰਡਰ ਕ੍ਰੋਸ ਕਰਵਾ ਤਾ ਸਰਬੀਆ ਵਾਰਡ 'ਤੇ। ਅਸੀਂ ਫਿਰ ਆਪਣੇ ਉੱਥੋਂ ਏਜੰਟ ਨੂੰ ਫੋਨ ਮਾਰਿਆ, ਜਿਹੜਾ ਅਸੀਂ ਨਵਾਂ ਏਜੰਟ ਕੀਤਾ ਸੀ ਸਰਬੀਆ ਦੇ ਵਿੱਚ, ਵੀ ਅਸੀਂ ਨਹੀਂ ਪਾਰ ਗਏ। ਉਹਨੇ ਸਾਨੂੰ ਕਿਹਾ ਵੀ ਫਿਰ ਕਹਿੰਦੇ ਕੈਂਪ ਦੇ ਵਿੱਚ ਆ ਜਾਓ। ਕੈਂਪ ਤੋਂ ਫਿਰ ਉਹਨੇ ਸਾਨੂੰ ਕਹਿੰਦਾ ਵੀ ਸਬੋਤਿਕਾ ਕੈਂਪ ਆ ਹੰਗਰੀ ਬਾਰਡਰ 'ਤੇ, ਸਬੋਤਿਕਾ ਕੈਂਪ ਅਸੀਂ ਗਏ। ਉੱਥੋਂ ਫਿਰ ਸਾਨੂੰ ਅਗਲੇ ਦਿਨ ਦੂਜੇ ਬੰਦੇ ਨੇ ਰਿਸੀਵ ਕੀਤਾ, ਹੋਰ ਡੰਕਰ ਨੇ, ਜਿਹਨੇ ਸਾਨੂੰ ਦੁਪਹਿਰੇ 2 ਵਜੇ ਤਾਰ ਟਪਾਈ। ਅਸੀਂ 22 ਜਣੇ ਸੀ ਜਿਨ੍ਹਾਂ ਨੇ ਉਹ ਤਾਰ ਟੱਪਣੀ ਸੀ, ਅਤੇ ਸਿਰਫ ਅਸੀਂ 7 ਜਣੇ ਤਾਰ ਟੱਪੇ, ਉਹਨੇ ਜੇ ਉਹਨੂੰ ਪੁਲਿਸ ਨੇ ਕੰਟਰੋਲ ਕਰ ਲਿਆ ਬਾਰਡਰ 'ਤੇ। ਜਦੋਂ ਆਪਾਂ ਬਾਰਡਰ ਟੱਪਦੇ ਤਾਂ ਕੋਈ ਕਿਸੇ ਦਾ ਨਹੀਂ, ਭਰਾ ਭਰਾ ਦਾ ਨਹੀਂ ਹੈਗਾ ਉਦੋਂ, ਉਦੋਂ ਬਸ ਮੈਨੂੰ ਮੇਰੇ ਨਾਲ ਆ, ਹਰ ਇੱਕ ਨੂੰ ਆਪੋ ਆਪਣੇ ਨਾਲ ਆ। ਡੰਕਰ ਸਾਡੇ ਨਾਲ ਟੱਪਿਆ, ਉਹ ਸਾਨੂੰ ਉਹਨੇ ਸਾਨੂੰ 5 ਘੰਟੇ ਤਰਾਇਆ ਜੰਗਲ ਦੇ ਵਿੱਚ। ਉਹ 5 ਘੰਟੇ ਬਾਅਦ ਸਾਨੂੰ ਉਹਨੇ ਫਿਰ ਇੱਕ ਉਹ ਜੰਗਲ ਦੇ ਇੱਕ ਚੌਂਕ ਜਿਹੇ ਦੇ ਵਿੱਚੋਂ ਲੈ ਗਿਆ, ਉੱਥੇ ਇੱਕ ਖੱਡਾ ਸੀ ਜੰਗਲ ਦੇ ਵਿੱਚ ਬਹੁਤ ਵੱਡਾ, ਵੀ ਉਹ ਪਤਾ ਨਹੀਂ ਉਹ ਕਾਹਦੇ ਵਾਸਤੇ ਹੋਵੇ, ਸਾਨੂੰ ਕਹਿੰਦਾ ਵੀ ਇਹਦੇ ਵਿੱਚ ਪੱਤੇ ਉੱਤੇ ਲੈ ਕੇ ਨਾ ਲੰਮੇ ਪੈ ਜਾਓ, ਬਸ ਤੁਸੀਂ ਦਿਖਣੇ ਨਹੀਂ ਚਾਹੀਦੇ ਕਿਸੇ ਨੂੰ। ਫਿਰ ਅਸੀਂ 4-5 ਵਜੇ ਨੂੰ ਉੱਥੇ ਪਹੁੰਚ ਗਏ। ਉਹ ਤੋਂ ਬਾਅਦ ਫਿਰ ਰਾਤ 8 ਵਜੇ ਸਾਡੀ ਟੈਕਸੀ ਲੱਗੀ, ਇੱਕ ਵੈਨ ਜੀ ਸੀ, ਉਹਦੀ ਅਸੀਂ ਛੱਤ ਦੇ ਵਿੱਚ ਵੜੇ 7 ਬੰਦੇ। 4 ਘੰਟੇ ਬਾਅਦ ਅਸੀਂ ਉੱਥੇ ਆਸਟਰੀਆ ਬਾਰਡਰ 'ਤੇ, ਉਹਨੇ ਸਾਨੂੰ ਛੱਡਿਆ, ਉਹਨੇ ਕਿਹਾ ਵੀ ਬਈ ਹੁਣ ਤੁਸੀਂ ਉਹ ਸਾਹਮਣੇ ਪੱਖੇ ਚੱਲ ਰਹੇ ਆ ਹਵਾ ਵਾਲੇ, ਅਤੇ ਇਹਨੂੰ ਤੁਸੀਂ ਤੁਰੇ ਜਾਓ, ਤੁਸੀਂ ਆਸਟਰੀਆ ਐਂਟਰ ਹੋ ਜਾਓਗੇ। ਅਸੀਂ 15-20 ਮਿੰਟ 1/2 ਘੰਟਾ ਤੁਰੇ, ਸਾਨੂੰ ਨਹੀਂ ਪਤਾ ਵੀ ਕਿ ਬਾਰਡਰ, ਕਿਉਂਕਿ ਸਾਡੇ ਕੋਲ ਫੋਨ ਸੁੱਚ ਆਫ, ਅਸੀਂ ਔਨ ਨਹੀਂ ਕਰ ਸਕਦੇ ਵੀ ਸਾਡੇ ਫੋਨ ਚੈੱਕ ਟਰੇਸ ਨਾ ਹੋ ਜਾਣ, ਚਾਹੇ ਕਿੱਦਾਂ ਵੀ ਆ, ਫੋਨ ਬੰਦ ਆ, ਕੋਈ ਚੀਜ਼ ਨਹੀਂ ਸਾਡੇ ਕੋਲ। ਅਸੀਂ ਬਸ ਉਹ ਪਵਨ ਚੱਕੀਆਂ ਵਹਿੰਦੇ ਤੁਰੇ ਜਾ ਰਹੇ ਹਾਂ ਵੀ ਹਾਂ ਦਿਨ ਚੜ ਗਿਆ, ਅਸੀਂ ਧੁੱਖੇ ਧਿਆਏ ਤੁਰੇ ਜਾਂਦੇ ਹਾਂ। ਸਾਹਮਣੇ ਫੌਜ ਦੀ ਦਿਖੀ ਚੌਂਕੀ, ਪੁਲਿਸ ਸਾਨੂੰ ਦਿਖੀ ਨਹੀਂ, ਅਸੀਂ ਕਣਕ ਸੀ ਉਦੋਂ, ਅਸੀਂ ਕਣਕ ਦੇ ਵਿੱਚ ਲੁੱਕ ਗਏ। ਫਿਰ ਸਾਨੂੰ ਉਹਨਾਂ ਕਿਹਾ ਵੀ ਸਟਰੀਆ ਪੁਲਿਸ ਤੋਂ ਲੁਕਣਾ ਨਹੀਂ ਤੁਸੀਂ, ਤੁਸੀਂ ਆਪ ਕੋਲ ਜਾਣਾ ਹੈ। ਅਸੀਂ ਕਿਹਾ ਵੀ ਪੁਲਿਸ ਹੈਣੀ ਹੈ, ਫੌਜ ਆ ਉਹਨਾਂ ਦੀ। ਫਿਰ ਅਸੀਂ, ਮੈਂ ਮੇਰੇ ਨਾਲ ਹੋਰ ਵੀ ਮੁੰਡੇ ਸੀ, ਅਸੀਂ 7 ਜਣੇ ਹਾਂ, ਸਾਡਾ ਗਰੁੱਪ ਸੀ 7 ਦਾ, ਜਿੱਚੋਂ ਸਿਰਫ 2 ਇੰਡੀਅਨ ਸੀ, ਬਾਕੀ ਬੰਦੇ ਪਾਕਿਸਤਾਨ ਦੇ ਸੀ। ਅਸੀਂ ਉੱਥੇ, ਮੈਂ ਉਹਨਾਂ ਨੂੰ, ਆਪਾਂ ਚਲੇ ਗਏ ਉਹਨਾਂ ਕੋਲ, ਉਹਨਾਂ ਦੇ ਬਾਂਹ 'ਤੇ ਝੰਡੇ ਲੱਗੇ ਸੀ ਆਸਟਰੀਆ ਦੇ, ਅਤੇ ਮੈਨੂੰ ਆਸਟਰੀਆ ਦੇ ਝੰਡੇ ਦੀ ਪਛਾਣ ਸੀ ਕਿਉਂਕਿ ਮੈਂ ਗਰੀਸ ਸਾਰਾ ਕੁਝ ਚੈੱਕ ਕਰਿਆ ਸੀ। ਫਿਰ ਅਸੀਂ ਉਹਨਾਂ ਕੋਲ ਚਲੇ ਗਏ, ਫਿਰ ਸਾਨੂੰ ਉੱਦਾਂ ਉੱਥੇ ਸਾਡਾ ਕਰੋਨਾ ਟੈਸਟ ਕੀਤਾ, ਫਿਰ ਸਾਨੂੰ ਉਹ ਕੈਂਪ ਦੇ ਵਿੱਚ ਲੈ ਗਏ। ਫਿਰ ਕੈਂਪ ਦੇ ਵਿੱਚ ਸਾਡੇ ਬਿਆਨ ਹੋਏ, ਸਾਡੇ ਫਿੰਗਰ ਹੋਏ, ਫਿਰ ਉੱਥੇ ਸਾਨੂੰ ਰਿਫਿਊਜੀ ਦਿੱਤੀ ਉਹਨਾਂ ਨੇ। ਫਿਰ ਉਹ ਕਾਰਡ 'ਤੇ ਅਸੀਂ, ਮੈਂ 6 ਮਹੀਨੇ ਆਸਟਰੀਆ ਕੰਮ ਕੀਤਾ, 6 ਮਹੀਨੇ ਆਸਟਰੀਆ ਕੰਮ ਕਰਕੇ ਫਿਰ ਮੇਰਾ ਕੇਸ ਉੱਥੇ ਖਤਮ ਹੋ ਗਿਆ, ਮੇਰੀ ਅਜੀਲ ਜਿਹੜੀ ਦਿੱਤੀ ਸੀ ਉਹ ਖਤਮ ਹੋ ਗਈ ਉੱਥੋਂ। ਉਹਨਾਂ ਮੈਨੂੰ ਕਿਹਾ ਵੀ ਕੰਟਰੀ ਆਊਟ ਕਰ ਦੇ। ਪਾਸਪੋਰਟ ਮੇਰਾ ਗਰੀਸ ਹੀ ਹੁਣ ਤੱਕ,
ਮੇਰੇ ਫਿਰ ਇਹ ਨਾ ਫਿਰ ਪਾਸਪੋਰਟ ਮੇਰੇ ਦੋਸਤ ਕੋਲ ਸੀ, ਨਾ ਕਿ ਕਿਸੇ ਏਜੰਟ ਕੋਲ। ਫਿਰ ਉੱਥੋਂ ਮੈਂ ਟਿਕਟ ਕਲਾਈ ਬਾਏ ਫਲਾਈਟ ਵਲੰਸੀਆ, ਕਿਉਂਕਿ ਡੋਮੈਸਟਿਕ ਫਲਾਈਟ ਇੰਨੀ ਚੈੱਕ ਨਹੀਂ ਹੁੰਦੀ ਉੱਥੇ, ਕਦੀ ਕਦੀ ਚੈੱਕ ਹੁੰਦੀ ਆ। ਵਲੰਸੀਆ ਤੋਂ ਮੈਂ ਬਾਏ ਫਲਾਈਟ ਉਤਰਿਆ, ਉੱਥੋਂ ਮੈਂ ਬਾਰਸਲੋਨਾ ਆਇਆ ਬਾਏ ਟ੍ਰੇਨ। ਬਾਏ ਟ੍ਰੇਨ ਉੱਥੋਂ ਫਿਰ ਮੈਂ ਰਾਤ ਆਪਣੇ ਦੋਸਤ ਕੋਲ ਰਿਹਾ ਸਪੇਨ। ਫਿਰ ਮੈਂ ਬਾਏ ਬੱਸ, ਉਹਨੇ ਟਿਕਟ ਕਰਾ ਕੇ ਦਿੱਤੀ ਮੇਰੇ ਦੋਸਤ ਨੇ ਮੇਰੀ, ਕਿਉਂਕਿ ਮੇਰੇ ਕੋਲ ਕੋਈ ਡਾਕੂਮੈਂਟ ਹੈ ਨਹੀਂ ਸੀ, ਨਾ ਪਾਸਪੋਰਟ, ਕੁਝ ਵੀ ਨਹੀਂ ਸੀ। ਫਿਰ ਬਾਏ ਬੱਸ ਮੈਂ ਪੁਰਤਗਾਲ ਆਇਆ 10 ਫਰਵਰੀ ਨੂੰ। ਪਹਿਲੇ ਪੁਰਤਗਾਲ ਆ ਕੇ ਤਾਂ ਬਹੁਤ ਅੱਛਾ ਲੱਗਾ, ਲੇਕਿਨ ਜਹਾਂ ਜਬ ਕਾਮ ਕੇ ਹਾਲਾਤ ਮੈਂ ਪਤਾ ਚਲਾ ਤੋ ਵੀ ਬਹੁਤ ਔਖਾ ਹੈ, ਕਾਮ ਕੇ ਹਾਲਾਤ ਜੀਰੋ ਆਏ ਜਹਾਂ। ਮੈਂ ਤਬ ਸੇ ਫ੍ਰੀ ਹੂੰ, 6-7 ਮਹੀਨੇ ਬਾਅਦ ਮੁਝੇ ਕਾਮ ਮਿਲਾ ਹੈ। ਜੈਸੇ ਜਹਾਂ ਲੋਕ ਜੋ ਇਨਕੇ ਲੋਕ ਹੈ ਵੋ ਸਰਕਾਰ ਸੇ ਪੈਸਾ ਲੈ ਰਹੇ ਹੈ ਔਰ ਕੈਸ਼ ਪਰ ਅਨਲੀਗਲ ਕਾਮ ਕਰ ਰਹੇ ਹੈ ਵੋ ਹਮ ਜੈਸ ਕੋ ਨਹੀਂ ਜਾਤੇ ਵੀ ਇਨਕੋ ਵੀ ਕਾਮ ਮਿਲੇ ਜਾਂ, ਕਿਉਂਕਿ ਇਹ ਕਾਮ ਲੀਗਲੀ ਨੇ, ਕੰਟਰੈਕਟ ਚਾਹੀਏ। ਅਬ ਤੋ ਜਹਾਂ ਐਸਾ ਹੈ ਵੀ ਜਿੱਦਾਂ ਵੀ ਆਪਣੇ ਨਵੇਂ ਬੰਦੇ ਕੰਮ 'ਤੇ ਲੱਗਦੇ ਆ, ਕੰਟਰੈਕਟ ਸੈਨ ਕਰਾਉਣ ਤੋਂ ਪਹਿਲਾਂ ਨਾਲ ਹੀ ਉਹ ਦੂਜੇ ਪੇਪਰ 'ਤੇ ਵੀ ਸੈਨ ਕਰਾ ਲੈਂਦੇ ਆ, ਰੈਜਿਗਨੇਸ਼ਨ 'ਤੇ ਵੀ ਕੰਮ ਤੋਂ ਕੱਢਣ ਵਾਲੇ 'ਤੇ ਵੀ। ਹਮ ਜੈਸੇ ਇੰਡੀਅਨ ਪਾਕਿਸਤਾਨ ਸਭ ਏਸ਼ੀਅਨ ਨਹੀਂ ਬਹੁਤ ਜ਼ਿਆਦਾ ਹੈ ਯਹਾਂ ਪਰ, ਇਸ ਲਈ ਕਾਮ ਕੀ ਬਹੁਤ ਦਿੱਕਤ ਹੈ ਯਹਾਂ। ਸਭ ਸੇ ਬੜਾ ਚੈਲੇਂਜ ਹੈ ਲੈਂਗੁਏਜ ਕਾ, ਇਹਨਾਂ ਵਾਲੀ ਭਾਸ਼ਾ ਆਪਾਂ ਨੂੰ ਪੁਰਤਗੀਸ਼ ਨਹੀਂ ਆਉਂਦੀ, ਅਤੇ ਜਿਹੜੇ ਬੰਦੇ ਨੂੰ ਪੁਰਤਗੀਸ਼ ਨਹੀਂ ਆਉਂਦੀ ਇਹ ਲਾਇਕ ਨਹੀਂ ਕਰਦੀ ਉਹਨੂੰ ਦਿਲ ਤੋਂ। ਇਨ ਲੋਕੋਂ ਕੋ ਬਾਹਰੀ ਕਾਮ ਲਗੇ ਕੇ ਲਈ ਜ਼ਰੂਰਤ ਵੀ ਸਾਡੇ ਲੋਕਾਂ ਦੀ ਆ, ਪੰਜਾਬੀਆਂ ਦੀ, ਜੇ ਤਾਂ ਪੰਜਾਬ, ਹਰਿਆਣਾ, ਪਾਕਿਸਤਾਨ ਤੋਂ ਆ। ਹੁਣ ਇੱਥੇ ਇੱਕ ਫੈਕਟਰੀ ਆ ਲੋਹੇ ਵਾਲੀ, ਮੇਰਾ ਦੋਸਤ ਉੱਥੇ ਕੰਮ ਕਰਦਾ ਹੈ, ਉਹਨਾਂ ਦੇ ਤੁਸੀਂ ਆਫਿਸ ਜਾ ਕੇ ਪੁੱਛੋ ਵੀ ਸਾਨੂੰ ਕੰਮ ਦੀ ਲੋੜ ਹੋ ਕਹਿਣਗੇ ਨਹੀਂ ਹੈਗਾ। ਅਤੇ ਉਹਨਾਂ ਦੀ, ਹਾਲਾਂਕਿ ਉਹਨਾਂ ਦੀ ਫੈਕਟਰੀ ਜਿੰਨੀ ਵੀ ਉੱਥੇ 5 ਫੈਕਟਰੀਆਂ ਉਹਨਾਂ ਦੀਆਂ, 5 ਬ੍ਰਾਂਚਾਂ ਆ, ਉਹਨਾਂ 5 ਦੇ ਵਿੱਚ ਫਸਟ ਲੈਂਗੁਏਜ ਪੁਰਤਗੀਸ਼ ਆ, ਸੈਕਿੰਡ ਉੱਥੇ ਪੰਜਾਬੀ 'ਚ ਬੋਰਡ ਲੱਗੇ ਆ। ਫਿਰ ਜਿਹੜੀਆਂ ਉਹ ਆਪਾਂ ਨੂੰ ਹਦਾਇਤਾਂ ਦਿੰਦੇ ਆ ਉਹਦੇ ਵਿੱਚ ਵੀ ਕੰਟਰੈਕਟ ਦਿੰਦੇ ਆ, ਉਹਦੇ 'ਚ ਇੱਕ ਲੈਣ ਪੰਜਾਬੀ 'ਚ ਆ ਅਤੇ ਇੱਕ ਪੁਰਤਗੀਸ਼ 'ਚ ਆ। ਅਤੇ ਜੇ ਹੁਣ ਸਿੱਧਾ ਜਾਓ ਤਾਂ ਉਹ ਕਹਿੰਦੇ ਵੀ ਸਾਡੇ ਤੋਂ ਕੰਮ ਨਹੀਂ ਹੈਗਾ। ਨਹੀਂ ਮੇਰੇ ਮਾਂ ਬਾਪ ਕੋ ਤਾਂ ਪਤਾ ਨਹੀਂ, ਉਨਕੋ ਤਾਂ ਪਤਾ ਹੀ ਨਹੀਂ ਸੀ ਕੌਣ ਸੇ ਰਾਹ ਸੇ ਗੁਜ਼ਰ ਰਹਾ ਹੈ, ਇਸੇ ਲਈ ਤਾਂ ਮੈਂ ਵੀਡੀਓ ਬਣਾ ਕੇ ਵੀ ਅਗਰ ਮੁਝੇ ਕੁਛ ਹੋ ਵੀ ਜਾਏ ਆਖਿਰ ਉਹਨੇ ਪਤਾ ਤੋਂ ਚੱਲੇ ਵੀ ਹਾਂ ਕਿਆ ਹੋ ਰਿਹਾ ਥਾ ਕਿਆ ਨਹੀਂ, ਕਿਉਂਕਿ ਮੈਨੇ ਉਹਨੇ ਕੁਛ ਬਤਾਇਆ ਹੀ ਨਹੀਂ, ਉਸਨੇ ਅੱਜ ਤੱਕ ਨਹੀਂ ਪਤਾ ਮੈਂ ਕੈਸੇ ਗਿਆ ਹਾਂ।